ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਠੀਕ ਆ? ਕਦੀ ਕਦੀ ਫਰਾਰੀ ਕੱਢ ਕੇ ਤੇ ਕੱਪੜਾ ਮਾਰ ਲਿਆ ਏ, ਨਾਸ਼ਤਾ ਲੈਣ ਚੱਲਾਂ। ਇਬਰਾਹਿਮ ਕਹਿੰਦਾ ਨਾਨ ਚਨੇ ਖਾਣੇ, ਮੈਂ ਕਿਹਾ ਚਲੋ ਨਾਸ਼ਤਾ ਲੈ ਆਉਂਦੇ ਹਾਂ। ਕੀ ਕਹਿੰਦਾ ਹੁੰਦਾ ਮੈਂ? ਨਹੀਂ, ਮੋਟਰਸਾਈਕਲ ਨੂੰ ਕੀ ਕਹਿੰਦਾ ਮੈਂ? ਮੈਨੂੰ ਯਾਦ ਕਰਾਰ ਦਿਆ, ਕਹਿੰਦਾ ਮੈਂ ਚਾਚੂ ਕਭੀ ਕਭੀ ਇਹ ਵੀ ਕਹਿਤਾ ਕਿ ਫਰਾਰੀ ਕੱਢ ਕੇ ਮੈਂ ਕੱਪੜਾ ਮਾਰ ਲਿਆ। ਮੌਸਮ ਅੱਜ ਫੇਰ ਬੜਾ ਪਿਆਰਾ ਸੀਗਾ, ਮੌਸਮ ਸੁਬਾ ਸੁਬਾ ਬਾਰਿਸ਼ ਹੋ ਗਈ ਆ। ਬਸ ਬਾਰਿਸ਼ ਦੀਆਂ ਕਰਨੀਆਂ ਕਿ ਮਿਸਤਰੀ ਅੱਜ ਫੇਰ ਛੁੱਟੀ ਕਰ ਗਿਆ, ਕੱਲ ਖੱਪ ਖਪਾ ਇੰਨਾ ਕੀਤਾ, ਅੱਜ ਫੇਰ ਛੁੱਟੀ ਕਰ ਗਿਆ। ਨਾਨ ਚਣੇ ਵਾਲੀ ਦੁਕਾਨ 'ਤੇ ਆ ਗਏ ਹਾਂ, ਨਾਸ਼ਤੇ ਦਾ ਆਰਡਰ ਲਾ ਦਿੱਤਾ ਵਾ, ਨਾਨ ਚਣਿਆਂ ਦਾ ਕਹਿ ਤਾ। ਤੂੰ ਖਾਣੇ ਹੈ? ਇਹ ਤਾਂ ਆਪਕੋ ਪਤਾ ਹੋਗਾ ਬੰਦ ਹੋ ਗਈ ਹੈ ਕਿ ਨਹੀਂ। ਚਲੋ ਬਸ ਥੋੜ੍ਹੀ ਦੇਰ ਆ ਨਾਸ਼ਤਾ ਲੈ ਕੇ, ਫਿਰ ਚਲੀਏ ਘਰ। ਭੁੱਖ ਤਾਂ ਮੈਨੂੰ ਵੀ ਅੱਜ ਟਾਈਮ ਨਾਲ ਹੀ ਲੱਗ ਗਈ ਆ, ਟਾਈਮ ਨਾਲ ਸੁੱਤੇ ਉੱਠੀਏ ਤਾਂ ਟਾਈਮ ਨਾਲ ਭੁੱਖ ਵੀ ਲੱਗ ਜਾਂਦੀ ਹੈ। ਉਹ ਜੀ ਨਾਸ਼ਤਾ ਲੈ ਕੇ ਅਸੀਂ ਆ ਗਏ ਹਾਂ ਘਰ, ਚੱਲ ਇਬਰਾਹਿਮ ਲੈ ਜਾ ਅੰਦਰ, ਨਾਸ਼ਤਾ ਕਰਕੇ ਨਾ ਜਾਣਾ ਵਾ ਅੱਜ ਗੱਡੀ 'ਤੇ, ਥੋੜ੍ਹਾ ਜਿਹਾ ਕੰਮ ਕਰਾਉਣਾ। ਇਹ ਗਾੜੀ ਕਾ ਕੰਮ ਕਰਵਾਉਣਾ ਥੋੜ੍ਹਾ ਸਾ, ਫੈਸਲਾਬਾਦ ਹੀ ਹੋਈ ਹੈ। ਕਹਾਂ ਬੰਨਾ? ਵੋ ਉਧਰ ਵੋ ਨੁੱਕਰ ਮੈਂ। ਹਾਂ ਆਹ ਦੇਖ, ਤੰਗ ਕਰਨ ਵਾਲੀ ਤੀ ਅਖੀਰ ਹੀ ਕਰ ਛੱਡਦਾ, ਨਹਾਸਾਂਦਾ ਘਰੋਂ ਨਿਕਲ ਆਉਂਦਾ। ਚਲੀਏ ਹੈਂ, ਆਪਕੋ ਘਰ ਛੋੜਨਾ ਔਰ ਫਿਰ ਮੈਂ ਜਾਣਾ ਹੈ ਆਪਕੇ ਬਾਬਾ ਕੇ ਸਾਥ, ਮੋਬਾਈਲ ਠੀਕ ਕਰਵਾਉਣੇ। ਚਲ ਆ ਚਲੀਏ ਫਿਰ, ਤੈਨੂੰ ਘਰ ਛੱਡਾਂ ਛੇਤੀ ਛੇਤੀ। ਆਇਆ ਆਇਆ ਚਲੀਏ। ਉਹ ਪੁੱਤ ਆ ਦੇਰ ਹੋਣ ਦੀ ਆ। ਇਬਰਾਹਿਮ ਮੈਂ ਫਿਰ ਚੱਲਾਂ, ਫਿਰ ਤੂੰ ਰਹਿ ਇੱਥੇ ਹੀ। ਚੰਗਾ ਫਿਰ, ਅੱਲਾ ਹਾਫਿਜ਼। ਜਾਣਾ ਸ਼ਹਿਰ ਥੋੜ੍ਹਾ ਜਿਹਾ ਗੱਡੀ ਦਾ ਕੰਮ ਕਰਾਉਣਾ, ਮੋਬਾਈਲ ਇੱਕ ਚੈੱਕ ਕਰਵਾਉਣਾ। ਮੋਬਾਈਲ ਵਾਲੀ ਦੁਕਾਨ 'ਤੇ ਗਏ ਸੀਗੇ ਅਤੇ ਜਿਹਨੂੰ ਮੋਬਾਈਲ ਚੈੱਕ ਕਰਾਉਣਾ ਉਹ ਆਇਆ ਹੀ ਨਹੀਂ ਸੀ, ਮੁੰਡਾ ਦੋਸਤ ਹੀ ਆ। ਦੁਕਾਨ ਤਾਂ ਖੁੱਲ੍ਹੀ ਸੀਗੀ, ਆਪ ਨਹੀਂ ਸੀ ਹੈ। ਗਿਫਟ ਹੀ ਕਰ ਦੇਵਾਂ ਮੈਂ ਤੁਹਾਨੂੰ, ਪਰ ਇਹ ਮੇਰਾ ਨੀਗਾ, ਜਿਹਦੇ ਆਉਣੇ ਮੋਹਰੀ ਮੇਰੇ ਵੱਲ ਵੇਖਿਆ ਗਿਫਟ ਕਰਨ ਲੈ, ਇਹ ਤਾਂ ਗਿਫਟ ਹੀ ਹੋ ਚੱਲਾ, ਗਿਫਟ ਕਰ ਤਾਂ ਦੇਵਾਂ ਪਰ ਮੇਰਾ ਨੀਗਾ। ਹੁਣ ਅਸੀਂ ਜਾਣਾ ਮਕੈਨਿਕ ਦੀ ਦੁਕਾਨ 'ਤੇ, ਗੱਡੀ ਦਾ ਕੰਮ ਕਰਾਉਣਾ ਥੋੜ੍ਹਾ ਜਿਹਾ। ਫਿਰ ਆਹ ਪੇਪਰ ਨਹੀਂ ਜਿਹੜਾ ਲੱਗਾ ਹੁੰਦਾ, ਆਹ ਸ਼ੀਸ਼ਾ ਜਿਹੜਾ ਆਹ ਕਾਲਾ ਜਿਹਾ ਪੇਪਰ ਲੱਗਾ ਹੁੰਦਾ, ਜਿੱਦਾਂ ਦੇਖੋ ਨਿਕਲਿਆ, ਆਹ ਪੇਪਰ ਵੀ ਕਰਾਉਣਾ। ਗਿਣ ਮਿਣ ਵੀ ਸ਼ੁਰੂ ਹੋ ਗਈ ਆ, ਮੌਸਮ ਤਾਂ ਅੱਗੇ ਬੜਾ ਪਿਆਰਾ ਸੀਗਾ, ਮੌਸਮ ਪਿਆਰੇ ਦੇ ਚੱਕਰਾਂ 'ਚ ਮੇਰਾ ਕੰਮ ਰੁਕੀ ਜਾਂਦਾ, ਰੋਜ਼ ਮਿਸਤਰੀ ਗੇੜੇ ਕਰਾਈ ਜਾਂਦੇ। ਮੋਬਾਈਲ ਮੇਰੇ ਕੋਲ 2 ਦੇ 3 ਹੋ ਗਏ, ਆਹ ਵੀ ਸਹੀ ਕਰਾਉਣ ਵਾਲਾ ਅਤੇ ਆਹ ਵੀ ਸਹੀ ਕਰਾਉਣ ਵਾਲਾ, ਅਤੇ ਬਾਹਰ ਬਾਰਿਸ਼ ਹੋਣ ਦੀ ਆ। ਮੈਂ ਕਿਹਾ ਮੈਂ ਤਾਂ ਨਹੀਂ ਜਾਣਾ ਬਾਹਰ, ਤੁਸੀਂ ਆਪੀ ਜਾਓ ਅਤੇ ਜਾ ਕੇ ਬੰਦੇ ਨੂੰ ਪੁੱਛ ਲਓ ਕੀ ਕਹਿੰਦਾ। ਬਾਰਿਸ਼ ਬੰਦ ਹੋਣ ਦਾ ਨਾਮ ਨਹੀਂ ਲੈਣ ਦੇ, ਹੁਣ ਤਾਂ 8 ਬਾਲ ਖੇਡ ਖੇਡ ਕੇ ਮੈਂ ਥੱਕ ਗਿਆ, ਅਜ਼ਾਨਾਂ ਵੀ ਹੋਣ ਲੱਗ ਪਈਆਂ, ਨਮਾਜ਼ ਦਾ ਵੀ ਟਾਈਮ ਹੋ ਰਿਹਾ ਵਾ, ਅਤੇ ਉੱਤੋਂ ਫਸ ਗਿਆ
ਬਾਰਿਸ਼ 'ਚ ਆ ਗਏ ਆ ਘਰੋਂ, ਜਦੋਂ ਨਿਕਲਣ ਲੱਗੇ ਸੀਗੇ ਉਦੋਂ ਹੀ ਮੌਸਮ ਚੇਂਜ ਹੋਣ ਦਿਆ ਸੀਗਾ। ਮੈਂ ਦੱਸਣ ਦਿਆ ਸੀ ਮਾਨੀ ਭਾਈ ਨੂੰ ਕਿ ਬਾਰਿਸ਼ ਹੋਣ ਲੱਗ ਪੈਣੀ ਆ, ਪਰ ਫਿਰ ਵੀ ਅਸੀਂ ਆ ਗਏ ਹਾਂ। ਹੁਣ ਮੋਬਾਈਲ ਵਾਲਾ ਕੰਮ ਵੀ ਨਹੀਂ ਆਇਆ ਅਤੇ ਬਾਰਿਸ਼ ਦੀ ਵਿਆਹ ਤੋਂ ਗੱਡੀ ਦਾ ਕੰਮ ਵੀ ਰੁਕਿਆ। ਠੀਕ ਆ, ਸੁਭਾਅ ਜਾਵੇ ਪੇਪਰਾਂ ਵਾਲੇ ਦਾ ਵੀ ਕੁਛ ਨਹੀਂ, ਇੱਕ ਹੋਰ ਜਗ੍ਹਾ 'ਤੇ ਗਏ ਸੀਗੇ ਉਹਨਾਂ ਨੇ ਵੀ ਕੋਈ ਨਹੀਂ, ਅਤੇ ਇੱਥੋਂ ਹੁਣ ਪੁੱਛਿਆ ਅਤੇ ਇਹ ਵੀ ਕਹਿੰਦੇ ਸੁਭਾਅ ਆ ਜਿਓ ਜਾਂ ਸ਼ਾਮ ਨੂੰ, ਬਾਰਿਸ਼ ਹੋਣ ਦੀ ਆ, ਬਾਰਿਸ਼ ਦੇ ਵਿੱਚ ਪੇਪਰ ਨਹੀਂ ਕਹਿੰਦੇ ਲੱਗਣਾ, ਉਹ ਕਹਿੰਦੇ ਸ਼ਾਮ ਨੂੰ ਜਾਂ ਫਿਰ ਸੁਭਾਅ ਆ ਜਿਓ, ਬਾਰਿਸ਼ ਹੁੰਦੀ ਆ, ਬਾਰਿਸ਼ ਨਹੀਂ ਲੱਗਣਾ ਆ ਪੇਪਰ। ਘਰੋਂ ਅਸੀਂ ਨਿਕਲੇ ਸੀਗੇ, ਚਾਰ ਕੰਮ ਕਰਾਉਣੇ ਸੀ, ਇੱਕ ਆ ਮੋਬਾਈਲ ਠੀਕ ਕਰਾਉਣੇ ਸੀ, ਆ ਗੱਡੀ ਦੇ ਵੈਪਰ ਠੀਕ ਕਰਾਉਣੇ ਸੀ, ਇੰਜਨ ਓਇਲ ਬਦਲਾਉਣਾ ਸੀਗਾ, ਅਤੇ ਆ ਸ਼ੀਸ਼ੇ ਦੇ ਪੇਪਰ ਲਵਾਉਣੇ ਸੀ। ਸਵਾਏ ਇੱਕ ਆ ਵੈਪਰਾਂ ਤੋਂ ਹੋਰ ਕੋਈ ਕੰਮ ਨਹੀਂ ਹੋਇਆ, ਨਾ ਇੰਜਨ ਓਇਲ ਚੇਂਜ ਹੋਇਆ, ਨਾ ਆਪਣਾ, ਬਲਕਿ ਇੰਜਨ ਓਇਲ ਹੋ ਗਿਆ ਚੇਂਜ, ਵੈਪਰ ਅਤੇ ਇੰਜਨ ਓਇਲ ਚੇਂਜ ਕਰਾਇਆ, ਮੋਬਾਈਲ ਰਹਿ ਗਏ ਅਤੇ ਆ ਪੇਪਰ ਰਹਿ ਗਏ, ਆ ਘਰ ਗਏ ਸੀ ਵਾਪਸ ਆ ਗਏ। ਸਹੀ ਆ ਜਾਣ ਤੋਂ ਇੱਦਾਂ ਦਾ ਹੀ ਆ, ਮੌਸਮ ਤਾਂ ਰੱਜ ਸੋਹਣਾ ਹੋ ਜਾਂਦਾ ਵਾ, ਪਰ ਕੰਮ ਮੇਰਾ ਲੰਬਾ ਹੋਈ ਜਾਂਦਾ। ਫਾਈਨਲੀ ਜੀ ਅਸੀਂ ਆ ਗਏ ਹਾਂ ਘਰ, ਵੋ ਆਪਕੋ ਜਬ ਵੀ ਆਓਗੇ ਯਹੀਂ ਪਰ ਪਾਓਗੇ, ਲਾਗ ਲਾ ਤਾ ਸੀ ਖੁੱਲ੍ਹ ਗਿਆ ਫਿਰ, ਚਲੋ ਲਾ ਲਓ ਤੁਸੀਂ ਹੁਣ। ਐ ਵਾ ਇਬਰਾਹੀਮ ਆਏ ਫਾਤਮ ਆਏ ਫਾਤ ਆਪਕਾ ਬਾਇਓ ਆਏ ਫਾਤ ਆਪ ਕਬ ਆਏ ਥੇ ਆਈ ਫਾਤਮਾ, ਯੇ ਲੋ ਦਵਾਈਆਂ ਵੀ ਲੈ ਜਾਓ, ਦੋਨੋਂ ਹੀ ਆ ਗਏ, ਯੇ ਲੋ ਦਵਾਈ ਵੀ ਲੈ ਜਾਓ, ਚਲੋ ਚਲੋ ਅੰਦਰ। ਇਬਰਾਹਿਮ ਦਾ ਮੋਬਾਈਲ ਸਹੀ ਕਰਾਉਣ ਗਿਆ ਸੀ, ਥੱਕ ਗਿਆ ਮੈਂ, ਓਏ ਹੋਏ ਹੋਏ ਥੱਕ ਗਿਆ ਮੈਂ, ਥੱਕ ਗਿਆ ਇਬਰਾਹਿਮ ਮੈਂ ਥੱਕ ਗਿਆ ਫਾਤਮਾ, ਐ ਮੇਰਾ ਗੁੱਡਾ ਹੈ, ਤੂੰ ਤਾਂ ਬੜਾ ਪਾਰਾ ਸ਼ਾ ਗੁੱਡਾ ਹੈ, ਜੇ ਕਿਸ ਕਾ ਗੁੱਡਾ ਹੈ, ਹੈ ਮਾਮੂ ਕਾ ਗੁੱਡਾ ਹੈ, ਮਾਮੂ ਕਾ, ਓਏ ਮੈਂ ਇਬਰਾਹਿਮ ਦੇ ਨਾਲ ਗੁੱਡਾ ਮਿਟਾ ਲੈਣਾ ਆਪਣਾ, ਹੈ ਠੀਕ ਆ ਇਬਰਾਹਿਮ, ਮੈਂ ਫਾਤਮਾ ਨੂੰ ਆਪਣਾ ਗੁੱਡਾ ਬਣਾ ਲੈਣਾ, ਤੂੰ ਨਾ ਬੋਲ ਮੇਰੇ ਨਾਲ, ਤੂੰ ਨਾ ਬੋਲ ਕੋਈ ਨਹੀਂ, ਮੈਂ ਆਪਣਾ ਗੁੱਡਾ ਬਣਾ ਲੈਣਾ, ਤੂੰ ਵੀ ਆਣਾ ਇਬਰਾਹਿਮ, ਚੱਲ ਫਿਰ ਬਾਰਿਸ਼ ਬਾਅਦ ਹੁੰਦੀ ਫਿਰ ਤੇਰਾ ਮੋਬਾਈਲ ਸਹੀ ਕਰਾ ਲਿਆਉਂਦੇ ਹਾਂ ਬਾਈ, ਹੈਂ ਹੋ ਰਹੀ ਆ ਬਾਰਿਸ਼ ਬਾਅਦ, ਦੇਖ ਕੇ ਤੂੰ ਆਓ, ਹੋ ਰਹੀ ਆ ਜਾਓ ਉਹ ਦੇਖ ਕੇ ਆਓ, ਹੋ ਰਹੀ ਆ ਬਾਰਿਸ਼, ਦੇਖੋ ਬਾਰਿਸ਼ ਹੋ ਰਹੀ ਹੈ ਨਾ, ਹੋ ਰਹੀ ਹੈ ਨਾ ਬਾਰਿਸ਼, ਹਾਂ ਤਾਂ ਉਹ ਥੋੜ੍ਹੀ ਥੋੜ੍ਹੀ ਜਿਹਾ ਬੰਦ ਹੋ ਜਾਏਗੀ ਫਿਰ ਚੱਲੇਗੇ, ਹੋ ਰਹੀ ਨਾ ਫਾਤਮਾ ਬਾਰਿਸ਼ ਹੋ ਰਹੀ ਨਾ ਮੇਰਾ ਕਾਕਾ, ਹੈਂ ਬਾਰਿਸ਼ ਹੋ ਰਹੀ ਹੈ ਨਾ, ਧੁੱਪ ਨਿਕਲ ਆਈ ਆ, ਬੱਚੇ ਲੈ ਕੇ ਅਸੀਂ ਚੱਲੇ ਆ ਪਾਰਕ 'ਚ, ਬੱਚਿਆਂ ਨੂੰ ਲੈ ਕੇ ਪਾਰਕ ਆ ਗਏ ਆ, ਭਾਈ ਜ਼ਿੱਦ ਕਰਨ ਦੇ ਸੀ ਬੜੀ ਦੇਰ ਦੀ, ਮੈਂ ਕਿਹਾ ਚੱਲ ਲੈ ਚੱਲਦੇ ਹਾਂ, ਚਲੋ ਲਓ ਝੂਲਾ,
कुछ नहीं होता। नाया आराम से। चलो मैं फिर उतार दूं नीचे। चलो मैं देता हूँ झूला आपको। इंसान थोड़ा जहा भी समझदार तो सियाना हो तो न्याणियों ले के पार्क च ना आए। हम रोकी भी जाता क्या, देखो थले पानी है पर नहीं इतने गाना इतों आ के परे निकल जाना, पर लैनी स्लाइड इतें ही है। और गई नाया पानी च। हाँ नाया हो गंदे कपड़े कि नहीं है, गंदे हो ना कपड़े हूँ गंदी बच्ची। देख कोई हाल नहीं, ले आयो झूले इधर। दस यार झूले ला के आए कि चलो भाई आ जबरदस्ती वापस चले आओ, कोई नहीं राजी। लो जी गल इदा वा कर करा के अज का दिन भी हो गया जाया, काम कोई भी नहीं हो सकया। सारी दिहाड़ी बारिश की नज़र हो गया दिन, बारिश की वजह तो ना तीन चार दिन अपने खराब हो गए ने। मैं तो हिसाब लाया एक दफ़ा जो कोई काम शुरू कराया हो ना उन्होंने खत्म करके ही खत्म करना चाहिए, छड़ना चाहिए। असी शुरू कराया सीगा विच वाढ़ियां शुरू हो गई, अगले अपने अपने पिंडां नूं मुड़ गए। हुण मैं वेखन दिया कि हुण किदां कराना किदां खत्म करना, लिहाजा अज दा व्लॉग मैं खत्म कर रहा इत्थे ही। अगर तुहानूं वीडियो चंगी लगी आ तां इहनूं लाइक कर दो, चैनल नूं सबसक्राइब करके वीडियो अपने किसी ना किसी दोस्त नाल शेयर कर दो। अपना बहुत सारा ख्याल रखियो, अल्लाह हाफिज़।